ਹਾਂਜੀ ਵੀਰ ਜੀ, ਕੀ ਨਾਮ ਹੈ ਤੇ ਕੀ ਅੱਜ ਕਰਨਾ ਸੀਗਾ ਜਿਹੜਾ ਧਰਨਾ? ਮੈਂ ਜੋਰਾ ਸਿੰਘ ਨਸਰਾਲੀ, ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ। ਅੱਜ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਅੱਗੇ ਇੱਕ ਧਰਨਾ ਲਾਇਆ ਸੀ। ਉਹ ਦੋ ਮਸਲੇ ਹੈ, ਇੱਕ ਦਿਉਣ ਦੇ ਮਜ਼ਦੂਰਾਂ ਦੇ ਪਲਾਟਾਂ ਦਾ ਮਸਲਾ, ਦੂਜਾ ਹੈਗਾ ਚੱਕ ਅਤਰ ਸਿੰਘ ਵਾਲਾ ਪਿੰਡ ਦਾ ਡੀਪੂ ਹੋਲਡਰ ਹਰਦਮ ਸਿੰਘ, ਉਹਦੇ ਖਿਲਾਫ਼ 5 ਇਨਕੁਆਰੀਆਂ ਨੇ ਜਿਹੜੀਆਂ ਹੋ ਚੁੱਕੀਆਂ, ਜਿਹਦੇ 'ਚ ਉਹ ਸਾਬਤ ਹੋ ਚੁੱਕਿਆ ਕਿ ਉਹ ਜਿਹੜਾ ਰਾਸ਼ਨ ਹੈ ਸਹੀ ਨਹੀਂ ਬਣਦਾ ਹੈਗਾ, ਔਰਤਾਂ ਨੂੰ ਉਹ ਗਲਤ ਸ਼ਬਦ ਬੋਲਦਾ ਹੈਗਾ, ਜਾਤੀ ਆਧਾਰ 'ਤੇ ਲੋਕਾਂ ਨੂੰ ਪਿੰਚ ਕਰਦਾ ਹੈਗਾ, ਅਤੇ ਕਰੋਨਾ ਵੇਲੇ ਦੀ ਆਈ ਹੋਈ ਕਣਕ ਉਹਨੇ ਖਾਧੀ ਹੈਗੀ ਹੈ, ਜਿਹਦੇ ਕਰਕੇ ਅਸੀਂ 1.5 ਸਾਲ ਤੋਂ ਸਾਡੀ ਜਥੇਬੰਦੀ ਚੱਕਤਰ ਸਿੰਘ ਵਾਲੇ, ਉਹਨਾਂ ਨੇ ਕਿਹਾ ਵੀ ਇਹ ਡੀਪੂ ਹੋਲਡਰ ਦਾ ਲਾਇਸੈਂਸ ਰੱਦ ਕੀਤਾ ਜਾਵੇ ਅਤੇ ਨਵਾਂ ਡੀਪੂ ਹੋਲਡਰ ਆ ਜਿਹੜਾ ਉਹ ਲਿਆਂਦਾ ਜਾਵੇ। ਪਰ DFSO ਪਤਾ ਨਹੀਂ ਕਿਹੜੇ ਆਧਾਰ ਦੇ ਉੱਤੇ ਇਹ ਗੱਲ ਕਹਿ ਰਹੀ ਹੈ ਵੀ ਚਾਹੇ ਉਹ ਤੋਂ 4 ਬੰਦੇ ਕਣਕ ਲੈਣ, ਅਸੀਂ ਉਹਦਾ ਡੀਪੂ ਜਿਹੜਾ ਕੈਂਸਲ ਆ ਲਾਇਸੈਂਸ ਆ ਉਹ ਨਹੀਂ ਕਰਨਾ ਹੈਗਾ। ਉਹਦੇ ਕਰਕੇ ਅਸੀਂ ਇਹ ਪ੍ਰੋਟੈਸਟ ਕੀਤਾ ਹੈਗਾ ਵੀ ਜਿਹਦੇ ਖਿਲਾਫ਼ ਐਡੇ ਗੰਭੀਰ ਦੋਸ਼ ਹੈਗੇ ਆ, ਲੋਕ ਉਹਦੇ ਕੋਲੋਂ ਕੋਈ ਕਣਕ ਨਹੀਂ ਲੈਣਾ ਚਾਹੁੰਦਾ ਹੈਗਾ। 400 ਦੇ ਵਿੱਚੋਂ ਸਿਰਫ 4 ਜਾਂ 5 ਬੰਦੇ ਆ ਜਿਹੜੇ ਉਹਦੇ ਘਰ ਦੇ ਬੰਦੇ ਹੈਗੇ ਜਿਹੜੇ ਕਹਿੰਦੇ ਅਸੀਂ ਕਣਕ ਲੈਣੀ ਹੈ। ਇਹਦੇ ਕਰਕੇ DC ਸਾਹਿਬ ਨੇ ਸਾਨੂੰ ਇਹ ਕਿਹਾ ਸੀ ਵੀ ਉਹ, ਅਸੀਂ ਕਿਹਾ ਸੀ ਵੀ ਉਹਦੇ ਉੱਤੇ SC ST ਐਕਟ ਤਹਿਤ ਪਰਚਾ ਦਰਜ ਕੀਤਾ ਅਤੇ ਉਹਦਾ ਕੈਂਸਲ ਹੋਵੇ। DC ਨੇ ਇਹ ਗੱਲ ਕਹੀ ਹੈ ਵੀ ਅਸੀਂ ਇਨਕੁਆਇਰੀ ਕਰਾਂਗੇ, ਅਤੇ ਅਸੀਂ ਕਿਹਾ ਵੀ 5 ਇਨਕੁਆਇਰੀਆਂ ਤਾਂ ਪਹਿਲਾਂ ਹੋ ਚੁੱਕੀਆਂ ਹੈਗੀਆਂ, ਹੋਰ ਇਨਕੁਆਇਰੀ ਕੀ ਹੋਊ? ਮਹਿਕਮੇ ਵੱਲੋਂ ਇਨਕੁਆਇਰੀਆਂ ਹੋਈਆਂ ਹੋਈਆਂ ਨੇ, ਜਿਹਦੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ। ਜਿਹੜੀ ਸਾਨੂੰ ਇਹ ਅਫਸਰਸ਼ਾਹੀ ਦੀ ਗੱਲ ਹੈ ਜਿਹੜੀ ਉਹ ਬਿਲਕੁਲ ਗਲਤ ਲੱਗੀ ਹੈਗੀ ਆ ਵੀ ਜਿਹੜੇ ਬੰਦੇ 'ਤੇ ਐਡੇ ਗੰਭੀਰ ਦੋਸ਼ ਹੈਗੇ ਆ ਉਹਦਾ ਲਾਇਸੈਂਸ ਆ ਜਿਹੜਾ ਉਹ ਕੈਂਸਲ ਕਿਉਂ ਨਹੀਂ ਕੀਤਾ ਜਾਂਦਾ। ਅੱਜ ਅਸੀਂ SSP ਸਾਹਿਬ ਨੂੰ ਹੁਣ ਮਿਲੇ ਸੀ, ਉਸ ਤੋਂ ਬਾਅਦ ਮੁਜ਼ਾਹਰਾ ਕਰਕੇ ਇੱਥੇ ਆਏ ਹੈਗੇ DC ਦਫ਼ਤਰ ਤੋਂ, ਇਹਨਾਂ ਨੂੰ ਅਸੀਂ ਮਿਲੇ ਹੈਗੇ ਹਾਂ, ਇਹਨਾਂ ਨੂੰ ਕਿਹਾ ਹੈਗਾ ਵੀ ਆਹ ਇਨਕੁਆਇਰੀਆਂ ਦੇ ਵਿੱਚ ਉਹਦੇ ਆਹ ਗਲਤ ਸ਼ਬਦ ਬੋਲੇ ਹੋਏ ਨੇ ਜਿਹਦੇ ਤਹਿਤ ਉਹਨਾਂ 'ਤੇ SC ST ਐਕਟ ਦਾ ਜਿਹੜਾ ਪਰਚਾ ਉਹ ਦਰਜ ਕੀਤਾ ਜਾਵੇ, ਜਿਹਦੇ ਕਰਕੇ ਮੈਡਮ ਨੇ ਹਿਨਾ ਕੀ ਹੈਗਾ ਨਾ ਉਹਨਾਂ ਦਾ ਸੰਪਰਕ, ਹਾਂ ਹਿਨਾ ਗੁਪਤਾ, ਉਹਨਾਂ ਨੇ ਇਹ ਸਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਆਪਦੀ ਇਨਕੁਆਇਰੀ ਕਰਾਂਗੇ, ਇਨਕੁਆਇਰੀ ਦੇ ਆਧਾਰ 'ਤੇ ਜੋ ਤੀ ਬਣਦੀ ਸਜ਼ਾ ਹੋਊਗੀ ਉਹ ਮੰਨ ਲਓ ਉਹਨੂੰ ਦਿੱਤੀ ਜਾਊਗੀ, ਚਾਹੇ ਉਹ 'ਤੇ SC ST ਐਕਟ ਲੱਗਦਾ ਜਾਂ ਹੋਰ ਧਾਰਾਵਾਂ ਲੱਗਦੀਆਂ ਹਨ। ਦੂਜਾ ਉਹਨਾਂ ਨੇ ਇਹ ਕਿਹਾ ਹੈਗਾ ਵੀ ਅਸੀਂ ਅੱਜ ਤੋਂ ਬਾਅਦ ਜਦੋਂ ਤੱਕ ਇਹ ਮਸਲਾ ਸੋਲਵ ਨਹੀਂ ਹੁੰਦਾ ਉਦੋਂ ਤੱਕ ਉਹ ਡੀਪੂ ਹੋਲਡਰ ਨੂੰ ਕਣਕ ਨਹੀਂ ਦੇਵਾਂਗੇ। ਮਹਿਕਮੇ ਦੇ ਬੰਦੇ ਜਾ ਕੇ ਜਿਹੜੇ ਪਿੰਡ ਚੱਕਤਰ ਸਿੰਘ ਵਾਲਾ ਦੇ ਵਿੱਚ ਸਾਂਝੀ ਥਾਂ ਦੇ ਉੱਤੇ ਜਿਹੜੀ ਕਣਕ ਆ ਉਹ ਵੰਡਣਗੇ। ਅਸੀਂ ਯੂਨੀਅਨ ਵੱਲੋਂ ਇਹ ਫੈਸਲਾ ਕੀਤਾ ਹੈਗਾ ਕਿ ਦਿਉਣ ਦੇ ਪਲਾਟਾਂ ਦਾ ਮਸਲਾ 1.5 ਸਾਲ ਤੋਂ ਚੱਲਦਾ, 1.5 ਸਾਲ ਤੋਂ ਇਹ ਡੀਪੂ ਦਾ ਮਸਲਾ ਚੱਲਦਾ, ਜੇ ਮਸਲੇ ਹੱਲ ਨਾ ਕੀਤੇ ਤਾਂ ਅਸੀਂ ਜਥੇਬੰਦੀ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤਕੜਾ ਸੰਘਰਸ਼ ਹੈ ਜਿਹੜਾ ਉਹ ਕਰਾਂ। ਹਾਂ ਇਹ ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਜੋ DFSO ਮੈਡਮ ਹੈਗੀ ਆ ਪਤਾ ਨਹੀਂ ਕੀ ਗੱਲ ਹੈਗੀ ਆ, ਅੰਦਰ ਖਾਤੇ ਕੀ ਚੱਕਰ ਚੱਲਦੇ ਹੈਗੇ ਆ, ਜਿਹੜੀ ਇਹ ਕਰ ਕਹਿ ਰਹੀ ਵੀ 4 ਬੰਦੇ ਚਾਹੇ ਹੋਣ ਅਸੀਂ ਤਾਂ ਉਹਨਾਂ ਨੂੰ ਕਣਕ ਦਊਂਗੇ, ਡੀਪੂ ਦਾ ਲਾਇਸੈਂਸ ਕੈਂਸਲ ਨਹੀਂ ਕਰਨਾ, ਚਾਹੇ ਸਾਰੇ ਪਿੰਡ ਦੀ ਕਣਕ ਖਾ ਜਾਵੇ, ਇਹਦਾ ਮਤਲਬ ਇਹ ਹੈ।